ਇਹਨੂੰ ਤਾਂ ਕਰੋ ਯਾਰ ਇੱਕ ਵਾਰੀ ਯਾਰ ਰੋਕ ਜਾ ਇੱਕ ਵਾਰੀ ਇਹਨੂੰ ਕਰੋ ਯਾਰ ਕੁਝ ਵੀ ਨਹੀਂ ਇਹਨੂੰ ਨਾ ਇਹਨਾਂ ਨੂੰ ਡੋ ਚਲੋ ਕਮ ਜਨਾਬ ਸਾਰਿਆਂ ਨੂੰ ਈਦ ਮੁਬਾਰਕ ਸਰ ਕੀ ਹਾਲ ਹੈ ਠੀਕ ਹੋ ਮਾਸ਼ਾਅੱਲਾ ਬਾਈ ਮੇਰੀ ਤਰਫੋਂ ਸਾਰੇ ਭਰਾਵਾਂ ਨੂੰ ਈਦ ਮੁਬਾਰਕ ਠੀਕ ਹੈ ਅੱਜ ਮੌਸਮ ਵੀ ਬਹੁਤ ਅੱਛਾ ਮਾਸ਼ਾਅੱਲਾ ਅਤੇ ਹੁਣ ਜਾ ਰਹੇ ਹਾਂ ਆਪਾਂ ਆਪਣਾ ਜਿਹੜੀ ਕੁਰਬਾਨੀ ਵਗੈਰਾ ਕਰਨੀ ਉਹ ਲੈਣ ਅਤੇ ਹੁਣ ਚੱਲਦੇ ਹਾਂ ਸਾਨੀ ਬਾਈ ਈਦ ਮੁਬਾਰਕ ਖੈਰ ਮੁਬਾਰਕ ਸਰ ਕੀ ਹਾਲ ਹੈ ਠੀਕ ਹੈ ਅਸਲਾਮ ਵਾਲੇਕੁਮ ਰਾਮ ਬਾਈ ਈਦ ਮੁਬਾਰਕ ਬਾਈ ਕੀ ਹਾਲ ਹੈ ਠੀਕ ਹੋ ਹਾਂਜੀ ਅੱਲਾ ਸ਼ੁਕਰ ਹੁਣ ਜਨਾਬ ਮਾਸ਼ਾਅੱਲਾ ਉੱਧਰ ਕੁਰਬਾਨੀ ਚੱਲਦੀ ਪਈ ਆ ਆਪਾਂ ਆਪਣੇ ਹੱਥੇ ਜਾਣਾ ਮੱਛਾ ਲੈਣ ਅਤੇ ਤੁਹਾਨੂੰ ਦਿਖਾਉਂਦੇ ਹੈਗੇ ਹਾਂ ਬਾਕੀ ਨਜ਼ਾਰ ਤੁਸੀਂ ਵੀਡੀਓ ਨੂੰ ਚੰਗਾ ਲਾਈਕ ਲੂਇਕ ਕਰਦੇ ਪਏ ਹਾਂ ਇੱਦਾਂ ਹੀ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਨਾ ਸੀ ਜੀ ਜਨਾਬ ਦਾ ਹੱਥ ਨੂੰ ਯਾਰ ਤਾਲਾ ਲੱਗਾ ਹੋਇਆ ਵਾ ਅਤੇ ਹੁਣ ਲੜਕਿਆਂ ਨੂੰ ਭੇਜਿਆ ਬੱਚਾ ਪਾਰਟੀ ਆਪਣੇ ਨਾਲ ਆ ਈਦ ਮੁਬਾਰਕ ਲਓ ਜੀ ਬੱਚੇ ਆਪਣੇ ਨਾਲ ਆਏ ਆ ਠੀਕ ਹੋ ਗਿਆ ਤੇ ਹੁਣ ਹੱਥੇ ਚਾਬੀ ਲੈ ਗਿਆ ਅਸਲਾਮੁ ਅਲੈਕੁਮ ਮਤੀਨ ਬਾਈ ਵਾਲੇਕੁਮ ਸਲਾਮ ਈਦ ਮੁਬਾਰਕ ਸਰ ਈਦ ਮੁਬਾਰਕ ਹੋਰ ਸੁਣਾਓ ਸਰ ਤਬੀਅਤ ਸੇ ਠੀਕ ਹੈ ਤੇ ਭਾਈ ਵੀ ਮਾਸ਼ਾਅੱਲਾ ਆਪਣੇ ਨਾਲ ਆਇਆ ਠੀਕ ਹੋ ਗਿਆ ਹੁਣ ਯਾਰ ਉਹ ਚਾਬੀ ਲੈ ਕੇ ਆਉਂਦੇ ਆ ਫਿਰ ਆਪਾਂ ਖੋਲਦੇ ਹਾਂਜੀ ਜਨਾਬ ਮਾਸ਼ਾਅੱਲਾ ਖੁੱਲ ਗਿਆ ਵਾ ਤੁਹਾਨੂੰ ਦਿਖਾ ਦਿੰਦੇ ਜਿਹੜੀ ਆਪਣੀ ਕੁਰਬਾਨੀ ਦੇ ਜਾਨਵਰ ਹੈਗੇ ਆ ਆਹ ਦੇਖੋ ਆਹ ਦੇਖੋ ਜੀ ਆਹ ਬੱਕਰਾ ਇੱਕ ਮਾਸ਼ਾਅੱਲਾ ਆਪਣਾ ਇੱਕ ਆਹ ਵਾ ਅਲਵੀ ਸ਼ੇਰੂ ਆਹ ਦੇਖੋ ਜੀ ਹਾਂਜੀ ਮਤੀਨ ਭਾਈ ਜਾਨਵਰ ਠੀਕ ਆ ਮਾਸ਼ਾਅੱਲਾ ਤੁਸੀਂ ਵੀ ਯਾਰ ਕਮੈਂਟ 'ਚ ਦੱਸਣਾ ਵਾ ਕਿ ਕਿੱਦਾਂ ਦੇ ਜਾਨਵਰ ਆਹ ਮਾਸ਼ਾਅੱਲਾ ਇੱਕ ਆਹ ਕੱਟੀ ਹੈਗੀ ਆਪਣੀ ਅਤੇ ਆਹ ਦੇਖੋ ਅੱਛਾ ਮਾਸ਼ਾਅੱਲਾ ਠੀਕ ਹੋ ਗਿਆ ਤੇ ਇੱਕ ਉਹ ਆ ਆਹ ਦੇਖੋ ਮਾਸ਼ਾਅੱਲਾ ਜੀ ਮਾਸ਼ਾਅੱਲਾ ਬਾਕੀ ਆ ਜੀ ਇੱਕ ਆਹ ਮਾਸ਼ਾਅੱਲਾ ਕੱਟਾ ਹੈਗਾ ਵਾ ਠੀਕ ਆ ਤੇ ਆਹ ਮਤੀਨ ਭਾਈ ਦਾ ਬੱਕਰਾ ਹੈਗਾ ਜੀ ਮਾਸ਼ਾਅੱਲਾ ਠੀਕ ਹੋ ਗਿਆ ਅੱਛਾ ਭਾਈ ਵੀ ਕਰੂਗੇ ਇਨਸ਼ਾਅੱਲਾ ਉਹਦੇ ਵੀ ਤੁਹਾਨੂੰ ਵੀਡੀਓ ਬਣਾਵਾਂਗੇ ਤੇ ਹੁਣ ਫਿਲਹਾਲ ਅੱਜ ਪਹਿਲੇ ਦਿਨ ਆਪਾਂ ਇੱਕ ਆਹ ਦਾ ਬੱਕਰਾ ਕਰਨਾ ਇੱਕ ਉਹ ਭਾਈ ਛਾਨੀ ਕੋ ਵੱਛੀ ਫੜੀ ਹੋਈ ਉਹ ਕਰਨੀ ਹੈ ਠੀਕ ਹੈ ਬਾਕੀ ਇਨਸ਼ਾਅੱਲਾ ਸੁਬਹ ਕਰਨਾ ਵਾ ਆਹ ਵਾਲਾ ਹੁਣ ਲੈ ਕੇ ਚੱਲਦੇ ਹਾਂ ਘਰ ਵਾਲੀ ਸਾਈਡ 'ਤੇ ਅਤੇ ਤੁਹਾਨੂੰ ਦਿਖਾਉਂਦੇ ਹਾਂ ਠੀਕ ਹੋ ਗਿਆ ਜੀ ਮਾਸ਼ਾਅੱਲਾ ਜੀ ਦੇਖ ਲਓ ਗੋਸ਼ਤ ਆਪਣਾ ਰੈਡੀ ਹੋ ਗਿਆ ਠੀਕ ਆ ਮਾਸ਼ਾਅੱਲਾ ਜੀ ਬਸ ਥੋੜ੍ਹਾ ਜਿਹਾ ਰਹਿ ਗਿਆ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਮਾਸ਼ਾਅੱਲਾ ਕਿੰਨਾ ਵਜ਼ਨ ਹੋਣਾ ਇਹਦਾ ਠੀਕ ਆ ਅਤੇ ਮਾਸ਼ਾਅੱਲਾ ਦੇਖੋ ਜੀ ਅਤੇ ਹੁਣ ਇਹਦੀ ਆਪਾਂ ਕਟਾਈ ਸ਼ੁਰੂ ਕਰਨੀ ਹੈ ਠੀਕ ਆ ਬੱਚੇ ਆ ਦੇਖੋ ਸਾਰੇ ਆ ਠੀਕ ਆ ਸਰ ਚਾਹ ਆ ਗਈ ਆ ਨਾਲ ਬਿਸਕਿਟ ਵਗੈਰਾ ਵਾ ਠੀਕ ਆ ਅਤੇ ਹੁਣ ਕਰਦੇ ਹਾਂ ਹਾਂਜੀ ਲਾਜ਼ਮੀ ਕਮੈਂਟ 'ਚ ਦੱਸਣਾ ਤੁਸੀਂ ਕੀ ਕੀ ਕੁਰਬਾਨੀ ਕੀਤੀ ਠੀਕ ਹੈ ਹਾਂਜੀ ਹੁਣ ਓਕੇ ਕਰਦੇ ਆਪਾਂ
ਜਨਾਬ ਤੇ ਯਾਰ ਵੈਲਕਮ ਬੈਕ ਹੋ ਗਿਆ ਉਧਰੋਂ ਆਪਾਂ ਵਿਹਲੇ ਹੋ ਗਏ ਮਾਸ਼ਾਅੱਲਾ ਤੇ ਇਧਰ ਜ਼ੇਬ ਭਾਈ ਕੋ ਆਇਆ ਅਸਲਾਮ ਅਲੈਕੁਮ ਜ਼ੇਬ ਭਾਈ ਜ਼ੇਬ ਭਾਈ ਦਾ ਮਾਸ਼ਾਅੱਲਾ ਇੱਕ ਬੱਚਾ ਸੀਗਾ ਠੀਕ ਆ ਸਾਰੇ ਭਾਈ ਛਾਨੀ ਭਾਈ ਭਾਈ ਨੇਮ ਹੁਣੀ ਹੁਣ ਆਪਾਂ ਇੱਧਰ ਆਇਆ ਭਾਈ ਉਹਨਾਂ ਦਾ ਬੱਚਾ ਕਰਨ ਠੀਕ ਆ ਤੇ ਮਜ਼ਾ ਆ ਰਿਹਾ ਯਾਰ ਕੋਹਲੀ ਦੀ ਇੰਜੋਏ ਹੋ ਰਹੀ ਆ ਦੇਖੋ ਮਾਸ਼ਾਅੱਲਾ ਸੋਹਣਾ ਕੱਟਾ ਹਸੀਬ ਡੋਨ ਹਾਂਜੀ ਜਨਾਬ ਉਮੀਦ ਹੈ ਕਿ ਯਾਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਣੀ ਅੱਜ ਛੋਟਾ ਜਿਹਾ ਮਿੰਨੀ ਵਲੋਗ ਸੀਗਾ ਠੀਕ ਹੋ ਗਿਆ ਹਾਲਤ ਤੁਸੀਂ ਦੇਖ ਸਕਦੇ ਆ ਕਿਉਂਕਿ ਸੁਬਾਹ ਦੇ ਮਾਸ਼ਾਅੱਲਾ ਕਰਦੇ ਪਏ ਆ ਬੱਕਰੇ ਆਪਣੇ ਕੀਤੇ ਫਿਰ ਦੂਸਰੇ ਭਾਈ ਦੇ ਕੀਤੇ ਆ ਤੇ ਇਨਸ਼ਾਅੱਲਾ ਯਾਰ ਸੀਜ਼ਨ ਸ਼ੁਰੂ ਹੋਏਗਾ ਫਿਰ ਇਨਸ਼ਾਅੱਲਾ ਆਪਣੀਆਂ ਵੀਡੀਓ ਰੈਗੂਲਰ ਆਉਣੀਆਂ ਸ਼ੁਰੂ ਹੋ ਜੂਗੀਆਂ ਤੁਸੀਂ ਭਰਾ ਨੂੰ ਸਪੋਰਟ ਲਾਈਕ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਣੇ ਸਬਸਕ੍ਰਾਈਬਰ ਵੱਧ ਜਾਣ ਠੀਕ ਹੋ ਗਿਆ ਅਤੇ ਆਪਾਂ ਮਿਲਦੇ ਹਾਂ ਹੋਰ ਵੀਡੀਓ ਦੇ ਵਿੱਚ ਸੁਬਾਹ ਇਨਸ਼ਾਅੱਲਾ ਆਪਣੇ ਦੂਸਰੇ ਬੱਚੇ ਕਰਨੇ ਆ ਅਤੇ ਸੁਬਾਹ ਇਨਸ਼ਾਅੱਲਾ ਮੁਲਾਕਾਤ ਹੋਊਗੀ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਅੱਲਾ ਹਾਫਿਜ਼।